ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪਰਬ ਨੂੰ ਸਮਰਪਿਤ ਹਾਈਟੈਕਸ ਗਰਾਊਂਡ ਰਣਜੀਤ ਐਵਨਿਊ ਵਿਖੇ ਸਥਾਪਿਤ ਕੀਤੇ ਗਏ ਡਿਜੀਟਲ ਮਿਊਜ਼ੀਅਮ ਦਾ ਸ਼ੁਭਾਰੰਭ ਵਿਧਾਇਕ ਸੁਨੀਲ ਦੱਤੀ ਵੱਲੋਂ ਕੀਤਾ ਗਿਆ। ਇਸ ਸਮਾਗਮ ਦੌਰਾਨ ਲੋਕਾਂ ਨੂੰ ਪਹਿਲੀ ਪਾਤਸ਼ਾਹੀ ਦੇ ਜੀਵਨ ਦਰਸ਼ਨ ਨੂੰ ਮਲਟੀਮੀਡੀਆ ਰਾਹੀਂ ਦਿਖਾਇਆ ਜਾ ਰਿਹਾ ਹੈ। ਇਸ ਮੌਕੇ ਕੌਂਸਲਰ ਸਮੀਰ ਦੱਤਾ, SDM ਬਾਬਾ ਬਕਾਲਾ, ਸੁਮਿਤ ਮੂਦ, ਨਾਇਬ ਤਹਿਸੀਲਦਾਰ ਅਰਚਨਾ ਸ਼ਰਮਾ ਸਮੇਤ ਕਈ ਲੋਕ ਮੌਜੂਦ ਸਨ। ਅੱਜ ਪੰਜਾਬ ਸਰਕਾਰ ਵੱਲੋਂ ਜੀ ਪਾਈਟੈਕਸ ਗਰਾਊਂਡ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਜੋ ਪ੍ਰੋਗਰਾਮ ਕੀਤੇ ਜਾ ਰਹੇ ਨੇ ਉਹਦੇ ਇਹੋ ਜਿਹੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਸ਼ੁਰੂ ਕੀਤਾ ਗਿਆ, ਸ਼ੁਭਾਰੰਭ ਕੀਤਾ ਗਿਆ। ਗੁਰੂ ਸਾਹਿਬ ਦੇ ਅਸ਼ੀਰਵਾਦ ਨਾਲ ਮੈਂ ਪਹੁੰਚਿਆ ਇੱਥੇ ਇਹਦੇ ਸ਼ੁਭਾਰੰਭ ਲਈ। ਤੋ ਮੈਂ ਸਾਰੀਆਂ ਸੰਗਤਾਂ ਨੂੰ ਕਹਾਂਗਾ ਕਿ ਗੁਰੂ ਸਾਹਿਬ ਦੀ ਸਾਰਾ ਹੀ ਇਤਿਹਾਸ ਹੈ, ਜੋ ਜੁੜੀਆਂ ਚੀਜ਼ਾਂ ਉਹਨਾਂ ਦੀਆਂ ਉਦਾਸੀਆਂ, ਉਹਨਾਂ ਨੇ ਕਿਸ ਤਰ੍ਹਾਂ ਮੈਸੇਜ ਦਿੱਤਾ, ਹਰ ਕਿਰਤ ਕਰਨ ਦਾ, ਵੰਡ ਕੇ ਛਕਣ ਦਾ, ਉਹ ਸਾਰਾ ਜਾ ਕੇ ਦੇਖ ਕੇ ਮਨ ਨੂੰ ਤਸੱਲੀ ਹੁੰਦੀ ਹੈ। ਮੈਂ ਕਹਾਂਗਾ ਜ਼ਰੂਰ ਉੱਥੇ ਪਹੁੰਚੋ ਔਰ ਆਪਣਾ ਜੀਵਨ ਸਫਲ ਕਰੋ। ਅਸੀਂ ਆਪਾਂ ਇੱਥੇ ਰਣਜੀਤ ਐਵਨਿਊ ਦੇ ਵਿੱਚ ਜਿਹੜਾ ਸਾਡੇ ਗੁਰੂ ਜੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹੀ ਸਾਡੇ, ਉਹਨਾਂ ਦੀਆਂ ਉਦਾਸੀਆਂ ਵਿਖਾਈਆਂ ਜਾ ਰਿਹਾ। ਇਹ ਡਿਜੀਟਲ ਮਿਊਜ਼ੀਅਮ ਜਿਹੜਾ ਬਣਾਇਆ ਗਿਆ ਇਹ ਵਿਖਾਇਆ ਜਾ ਰਿਹਾ। ਇੱਥੇ 3 ਦਿਨ ਚੱਲਣਾ ਆ, 8 ਤੇ 9 ਤੇ 10 ਤਰੀਕ।